ਸਭ ਤੋਂ ਪਹਿਲਾਂ ਜਲੰਧਰ ਵੈਸਟ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਬਹੁਤ ਖੁੱਲ੍ਹ ਕੇ ਪਿਆਰ ਸਤਿਕਾਰ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ, ਆਮ ਆਦਮੀ ਪਾਰਟੀ ਦੇ ਪੱਖ 'ਚ ਉੱਤੇ ਨੇ ਵੀ ਉਸ ਸਾਰਿਆਂ ਦਾ ਧੰਨਵਾਦ। ਉਹ ਦੂਸਰਾ ਮਹਿੰਦਰ ਭਗਤ ਜੀ ਨੂੰ, ਸਰਦਾਰ ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਸਮੁੱਚੀ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ, ਜਿਨ੍ਹਾਂ ਨੇ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ ਆ, ਜਿਸ ਮਿਹਨਤ ਦਾ ਰਿਜ਼ਲਟ ਆਇਆ ਕਿ ਇੱਕ ਤਰਫਾ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਹੋਈ ਆ। ਆਮ ਆਦਮੀ ਪਾਰਟੀ ਨੇ 2022 'ਚ ਸਰਕਾਰ ਬਣਾਉਣ ਸਮੇਂ ਵੀ ਇਸ ਸੀਟ ਨੂੰ ਜਿੱਤੀ ਸੀਗੀ, ਔਰ ਉਸ ਤੋਂ 2 ਸਾਲਾਂ ਬਾਅਦ ਉਸ ਤੋਂ ਵੀ ਕਿਤੇ ਵੱਡੇ ਮਾਰਜਨ ਨਾਲ, 10 ਗੁਣਾ ਵੱਧ ਮਾਰਜਨ ਦੇ ਨਾਲ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਜਿੱਤੀ ਆ। ਤਾਂ ਇਸ ਗੱਲ ਦਾ ਸਬੂਤ ਆ ਕਿ 2 ਸਾਲਾਂ 'ਚ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਸਰਦਾਰ ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਵਾਅਦੇ, ਜੋ ਗਰੰਟੀਆਂ ਅਸੀਂ 2022 ਦਿੱਤੇ ਸੀ, ਉਹ ਪੂਰੀਆਂ ਕੀਤੀਆਂ ਨੇਗੀਆਂ ਔਰ ਕਰ ਰਹੇ ਇਸ ਗੱਲ ਦਾ ਸਬੂਤ ਜਿਹੜਾ ਜੋ ਪੰਜਾਬ ਦੇ ਲੋਕਾਂ ਦਿੱਤਾ। ਜਿਹੜੇ ਬਾਗੀ ਹੋਏ ਤੇ ਤੁਹਾਡੇ ਨਾਲ ਉਹਨਾਂ ਨੂੰ ਕੀ ਸੁਨੇਹਾ ਦੇਣਾ? ਔਰ ਬਾਗੀਆਂ ਨੂੰ ਸਭ ਕੁਝ ਖਾਤਾ ਲੋਕਾਂ ਨੇ, ਜਿਹੜਾ ਵੀ ਕਦੇ ਕੋਈ ਬਗਾਵਤ ਕਰੂਗਾ, ਜਿਹੜਾ ਵੀ ਮੈਂ ਸਮਝਦਾ ਪਾਰਟੀ ਦੀ ਪਿੱਠ ਛੁਰਾ ਮਾਰੂਗਾ, ਤਾਂ ਲੋਕ ਉਹਨਾਂ ਨੂੰ ਇਸ ਤਰ੍ਹਾਂ ਦਾ ਮੂੰਹ ਤੋੜ ਜਵਾਬ ਦੇਣਗੇ।